हां जी ਕਿਵੇਂ ਹੋ ਸਾਰੇ ਤਾਂ ਦੋਸਤੋ ਅੱਜ ਆਪਣੀ ਇੰਗਲਿਸ਼ ਸਪੀਕਿੰਗ ਕਲਾਸ ਦਾ ਇਹ 12ਵਾਂ ਦਿਨ ਹੈ ਤੇ ਅੱਜ ਆਪਾਂ ਇਸ ਵੀਡੀਓ ਵਿੱਚ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਦੇ ਰੂਲ ਸਿੱਖਣ ਵਾਲੇ ਹਾਂ ਤੇ ਦੋਸਤੋ ਜਿੰਨਾ ਵੱਡਾ ਇਸ ਟੈਂਸ ਰੂਲ ਦਾ ਨਾਮ ਹੈ ਉਨਾ ਹੀ ਵੱਡਾ ਇਸ ਦਾ ਫਾਰਮੂਲਾ ਹੈ ਸੋ ਤੁਸੀਂ ਅੱਜ ਦੀ ਇਸ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਦੇਖਣਾ ਹੈ ਕਿਉਂਕਿ ਇਸ ਰੂਲ ਵਿੱਚ ਕਈ ਚੀਜ਼ਾਂ ਹਨ ਜਿਨ੍ਹਾਂ ਨੂੰ ਤੁਸੀਂ ਧਿਆਨ ਵਿੱਚ ਰੱਖਣਾ ਹੈ ਬਾਕੀ ਕੋਈ ਗੱਲ ਨਹੀਂ ਜਿਵੇਂ ਤੁਸੀਂ ਪਿਛਲੀਆਂ ਕਲਾਸਿਸ ਵਿੱਚ ਸਾਰੇ ਰੂਲ ਸਮਝ ਗਏ ਉਸੇ ਤਰ੍ਹਾਂ ਇਸ ਕਲਾਸ ਵਿੱਚ ਵੀ ਸਮਝਾਉਂਗੀ ਤੇ ਬਾਕੀ ਦੋਸਤੋ ਤੁਸੀਂ ਖੁਸ਼ ਹੋ ਜਾਓ ਤੁਹਾਡੇ ਇਹੀ ਤਿੰਨ ਟੈਂਸ ਰੂਲ ਬਚੇ ਨੇ ਸਿੱਖਣ ਤੇ ਸਮਝਣ ਵਾਲੇ ਆਉਣ ਵਾਲੀਆਂ ਦੋ ਤੋਂ ਤਿੰਨ ਵੀਡੀਓਸ ਵਿੱਚ ਆਪਾਂ ਉਹ ਵੀ ਕਲੀਅਰ ਕਰ ਜਾਵਾਂਗੇ ਤੇ ਇਸ ਤੋਂ ਪਹਿਲੀਆਂ ਵੀਡੀਓ ਵਿੱਚ ਤੁਸੀਂ ਇਨਡੈਫਿਨਿਟ ਕੰਟੀਨਿਊਸ ਤੇ ਪਰਫੈਕਟ ਟੈਂਸ ਦੇ ਰੂਲ ਸਿੱਖ ਲਏ ਨੇ ਤੇ ਇਹ ਲਾਸਟ 10 ਹੋਰ ਟੈਂਸ ਹਨ ਤੇ ਫਿਰ ਆਪਾਂ ਹੋਰ ਬਹੁਤ ਕੁਸ਼ ਨਵਾਂ ਤੇ ਇੰਟਰਸਟਿੰਗ ਸਿੱਖਣ ਵਾਲੇ ਹਾਂ ਤੇ ਚਲੋ ਆਪਾਂ ਵੀਡੀਓ ਵਿੱਚ ਜ਼ਿਆਦਾ ਦੇਰੀ ਨਾ ਕਰਦੇ ਹੋਏ ਆਪਾਂ ਅੱਜ ਦੀ ਨੌਲੇਜ ਨੂੰ ਜਾਨਣਾ ਸ਼ੁਰੂ ਕਰਦੇ ਹਾਂ ਕਿਉਂਕਿ ਆਪਾਂ ਅੱਜ ਦੀ ਵੀਡੀਓ ਵਿੱਚ ਕਈ ਕੁਝ ਸਿੱਖਣਾ ਤੇ ਸਮਝਣਾ ਹੈ ਤੇ ਵੀਡੀਓ ਤਾਂ ਲੰਬੀ ਹੋਊਗੀ ਹੀ ਕਿਉਂਕਿ ਤੁਹਾਨੂੰ ਪੂਰੀ ਇਸ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਦੀ ਜਾਣਕਾਰੀ ਮਿਲਣ ਵਾਲੀ ਹੈ ਉਹ ਵੀ ਬਹੁਤ ਸੌਖੇ ਤਰੀਕੇ ਨਾਲ ਤੇ ਬਾਕੀ ਜੋ ਆਪਣੇ ਵੀਰ ਇਸ ਚੈਨਲ ਤੇ ਨਵੇਂ ਹਨ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਆਪਣੇ ਵਟਸਐਪ ਫੇਸਬੁਕ ਤੇ ਇੰਸਟਾਗ੍ਰਾਮਸ ਗਰੁੱਪਸ ਵਿੱਚ ਤੇ ਚਲੋ ਆਪਾਂ ਅੱਜ ਦੀ ਨੌਲੇਜ ਨੂੰ ਜਾਣਣਾ ਸ਼ੁਰੂ ਕਰਦੇ ਹਾਂ ਤੇ ਦੋਸਤੋ ਪਹਿਲਾ ਤੁਸੀਂ ਇਸ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਦੀ ਪੰਜਾਬੀ ਵਾਲੀ ਪਹਿਚਾਣ ਨੋਟ ਕਰ ਲਵੋ ਦੋਸਤੋ ਇੱਥੇ ਤੁਸੀਂ ਇੱਕ ਚੀਜ਼ ਹੋਰ ਨੋਟ ਕਰੋ ਇਸ ਟੈਂਸ ਰੂਲ ਵਿੱਚ ਪਰਫੈਕਟ ਤੇ ਕੰਟੀਨਿਊਸ ਲਿਖਿਆ ਆ ਰਿਹਾ ਹੈ ਜਿਵੇਂ ਕਿ ਤੁਹਾਨੂੰ ਪਰਫੈਕਟ ਸੀਰੀਜ਼ ਦੇ ਟੈਂਸ ਵਿੱਚ ਦੱਸਿਆ ਸੀ ਜੋ ਕੰਮ ਪੂਰੇ ਹੋ ਗਏ ਉਹ ਆਉਂਦੇ ਨੇ ਤੇ ਕੰਟੀਨਿਊਸ ਟੈਂਸ ਵਿੱਚ ਦੱਸਿਆ ਸੀ ਕਿ ਜੋ ਕੰਮ ਚੱਲ ਰਹੇ ਨੇ ਉਹ ਆਉਣਗੇ ਤੇ ਦੋਸਤੋ ਹੁਣ ਤੁਸੀਂ ਇੱਥੇ ਨੋਟ ਕਰੋ ਇਸ ਟੈਂਸ ਰੂਲ ਵਿੱਚ ਜੋ ਕੰਮ ਪੂਰੇ ਵੀ ਹੋ ਗਏ ਤੇ ਚੱਲ ਵੀ ਰਹੇ ਨੇ ਉਹ ਆਉਣਗੇ ਤੇ ਇਸ ਦੇ ਨਾਮ ਤੋਂ ਵੀ ਇਹੀ ਪਤਾ ਚੱਲ ਰਿਹਾ ਹੈ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਚੱਲ ਰਹੇ ਸਮੇਂ 'ਚ ਜੋ ਕੰਮ ਪੂਰੇ ਵੀ ਹੋਏ ਤੇ ਚੱਲ ਵੀ ਰਹੇ ਨੇ ਤੇ ਚਲੋ ਹੁਣ ਤੁਸੀਂ ਇਸ ਦਾ ਰੂਲ ਨੋਟ ਕਰੋ ਤੇ ਇਹ ਜਾਣਕਾਰੀ ਤੁਹਾਨੂੰ ਤਾਂ ਦਿੱਤੀ ਤਾਂ ਕਿ ਤੁਹਾਨੂੰ ਇਹ ਰੂਲ ਸਮਝਣ ਵਿੱਚ ਕੋਈ ਪ੍ਰੋਬਲਮ ਨਾ ਹੋਵੇ ਤੇ ਚਲੋ ਪਹਿਲਾਂ ਤੁਸੀਂ ਹਰ ਵਾਰ ਦੀ ਤਰ੍ਹਾਂ ਇਸ ਰੂਲ ਦੀ ਪੰਜਾਬੀ ਵਾਲੀ ਪਹਿਚਾਣ ਨੋਟ ਕਰ ਲਵੋ ਜਿਸ ਨਾਲ ਪੰਜਾਬੀ ਦੇ ਵਾਕਾਂ ਵਿੱਚ ਤੇ ਮਗਰ ਤੂੰ ਰਿਹਾ ਹੈ ਤੂੰ ਰਹੀ ਹੈ ਤੂੰ ਰਹੇ ਹਨ ਆਵੇ ਉਹ ਸਾਰੇ ਸੈਂਟੈਂਸ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਵਿੱਚ ਹੀ ਆਉਣਗੇ ਦੋਸਤੋ ਇੱਥੇ ਤੋਂ ਸ਼ਬਦ ਰਿਹਾ ਹੈ ਰਹੀ ਹੈ ਰਹੇ ਹਨ ਦੇ ਨਾਲ ਨਹੀਂ ਆਵੇਗਾ ਇਸੇ ਲਈ ਇੱਥੇ ਮੈਂ ਹਾਈਫਨ ਦਾ ਯੂਜ਼ ਕੀਤਾ ਹੈ ਸੋ ਤੁਸੀਂ ਇਸ ਗੱਲ ਦਾ ਖਿਆਲ ਰੱਖਣਾ ਤੇ ਐਗਜ਼ਾਮਪਲ ਟਾਈਮ ਤੁਸੀਂ ਇਸ ਚੀਜ਼ ਨੂੰ ਹੋਰ ਬਰੀਕੀ ਨਾਲ ਸਮਝ ਜਾਓਗੇ ਤੇ ਫਿਲਹਾਲ ਤੁਸੀਂ ਇਸ ਦਾ ਫਾਰਮੂਲਾ ਨੋਟ ਕਰੋ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਦਾ ਸਿੰਪਲ ਸੈਂਟੈਂਸ ਰੂਲ ਬਣਾਉਣ ਲਈ ਪਹਿਲਾਂ ਸਬਜੈਕਟ ਲੱਗੇਗਾ ਆਈ ਵੀ ਯੂ ਦੇ ਹੀ ਸ਼ੀ ਇਟ ਨੇਮ ਤੇ ਫਿਰ ਹੈਜ਼ ਬੀਨ ਜਾਂ ਹੈਵ ਬੀਨ ਲੱਗੇਗਾ ਤੇ ਦੋਸਤੋ ਪ੍ਰੈਜ਼ੈਂਟ ਪਰਫੈਕਟ ਟੈਂਸ ਵਿੱਚ ਹੈਜ਼ ਤੇ ਹੈਵ ਦਾ ਯੂਜ਼ ਹੋਇਆ ਸੀ ਸੋ ਇੱਥੇ ਹੈਜ਼ ਤੇ ਹੈਵ ਲੱਗੇਗਾ ਹੀ ਨਾਲ ਬੀਨ ਜੁੜ ਜਾਵੇਗਾ ਤੇ ਦੋਸਤੋ ਫਿਰ ਵਰਬ ਦੀ ਫਸਟ ਫਾਰਮ ਲੱਗੇਗੀ ਤੇ ਨਾਲ ਆਈ ਐਨ ਜੀ ਇੰਗ ਜੁੜ ਜਾਵੇਗਾ ਤੇ ਦੋਸਤੋ ਇਹ ਰੂਲ ਇੱਥੇ ਹੀ ਖਤਮ ਨਹੀਂ ਹੋਇਆ ਇਸ ਰੂਲ ਵਿੱਚ ਦੋ ਨਵੀਆਂ ਚੀਜ਼ਾਂ ਹੋਰ ਜੁੜ ਜਾਣਗੀਆਂ ਸਿੰਸ ਅਤੇ ਫੋਰ ਜੀ ਹਾਂ ਸਿੰਸ ਅਤੇ ਫੋਰ ਲੱਗੇਗਾ ਤੇ ਫਿਰ ਇਸ ਨਾਲ ਟਾਈਮ ਲੱਗੇਗਾ ਤੇ ਦੋਸਤੋ ਇਹ ਹੈ ਇਸ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਦਾ ਸਿੰਪਲ ਸੈਂਟੈਂਸ ਰੂਲ ਤੇ ਇਸ ਰੂਲ ਦਾ ਹੈਜ਼ ਬੀਨ ਹੈਵ ਬੀਨ ਸਿੰਸ ਤੇ ਫੋਰ ਦਾ ਯੂਜ਼ ਕਿਵੇਂ ਤੇ ਕਿੱਥੇ ਕਰਨਾ ਹੈ ਉਹ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਦਾ ਹਾਂ ਉਸ ਤੋਂ ਪਹਿਲਾਂ ਤੁਸੀਂ ਇਸ ਦਾ 네ਗੇਟਿਵ ਰੂਲ ਨੋਟ ਕਰ ਲਵੋ ਤੇ 네ਗੇਟਿਵ ਰੂਲ ਬਣਾਉਣ ਲਈ ਪਹਿਲਾਂ ਸਬਜੈਕਟ ਫਿਰ ਹੈਜ਼ ਜਾਂ ਹੈਵ ਤੇ ਫਿਰ 3 ਨੰਬਰ ਤੇ ਨਾਟ ਫਿਰ ਬੀਨ ਫਿਰ ਵਰਬ ਦੀ ਫਰਸਟ ਫਾਰਮ ਦੇ ਨਾਲ ਆਈ ਐਨ ਜੀ ਤੇ ਫਿਰ ਸਿੰਸ ਜਾਂ ਫੋਰ ਤੇ ਫਿਰ ਟਾਈਮ ਇਹ ਰੂਲ ਸਿੰਪਲ ਰੂਲ ਵਾਂਗ ਆਲਮੋਸਟ ਸੇਮ ਹੀ ਹੈ ਬਸ ਇਸ ਵਿੱਚ 3ਰਡ ਨੰਬਰ ਤੇ ਨੋਟ ਲਾਉਣਾ ਹੈ ਤੇ ਇੰਟੈਰੋਗੇਟਿਵ ਰੂਲ ਬਣਾਉਣ ਲਈ ਪਹਿਲਾ ਹੈਜ਼ ਜਾਂ ਹੈਵ ਤੇ ਫਿਰ ਸਬਜੈਕਟ ਫਿਰ ਬੀਨ ਬਾਕੀ ਸਾਰਾ ਉਹੀ ਸੇਮ ਪਾਰਟ ਰਹੇਗਾ ਇਸ ਇੰਟੈਰੋਗੇਟਿਵ ਰੂਲ ਵਿੱਚ ਬਸ ਇਹੀ ਪਹਿਲੀਆਂ ਤਿੰਨ ਚੀਜ਼ਾਂ ਦਾ ਖਿਆਲ ਰੱਖਣਾ ਹੈ ਅਗਰ ਹੈਲਪਿੰਗ ਵਰਬ ਕੱਲੀ ਆਵੇ ਤਾਂ ਲਾ ਦਿਓ ਅਗਰ ਹੈਲਪਿੰਗ ਵਰਬ ਵਿੱਚ ਦੋ ਵਰਡ ਆ ਰਹੇ ਨੇ ਤਾਂ ਸਬਜੈਕਟ ਤੋਂ ਬਾਅਦ ਅਗਲਾ ਵਰਡ ਲਾਓ ਜਿਸ ਤਰ੍ਹਾਂ ਇਸ ਰੂਲ ਵਿੱਚ ਹੈਜ਼ ਤੇ ਹੈਵ ਤੋਂ ਬਾਅਦ ਸਬਜੈਕਟ ਤੇ ਫਿਰ ਬੀਨ ਲੱਗਾ ਤੇ ਦੋਸਤੋ ਇਹ ਸਨ ਇਹ ਟੈਂਸ ਰੂਲ ਤੇ ਚਲੋ ਹੁਣ ਤੁਸੀਂ ਇਸ ਹੈਸ ਤੇ ਹੈ ਬੀਨ ਤੇ ਸਿੰਸ ਤੇ ਫੋਰ ਦਾ ਯੂਜ਼ ਨੋਟ ਕਰ ਲਵੋ ਸਿੰਗੂਲਰ ਸਬਜੈਕਟ ਹੀ ਸ਼ੀ ਇਟ ਨੇਮ ਦੇ ਨਾਲ ਹੈਸ ਬੀਨ ਆਵੇਗਾ ਤੇ ਪਲੂਰਲ ਸਬਜੈਕਟ ਆਈ ਵੀ ਯੂ ਦੇ ਦੇ ਨਾਲ ਹੈ ਬੀਨ ਆਵੇਗਾ ਤੇ ਦੋਸਤੋ ਸਿੰਸ ਦਾ ਯੂਜ਼ ਕਿਸੇ ਪੱਕੇ ਟਾਈਮ ਲਈ ਕੀਤਾ ਜਾਂਦਾ ਹੈ ਜਿਸ ਟਾਈਮ ਦਾ ਕੋਈ ਨਾਮ ਹੋਵੇ ਜਿਵੇਂ ਕਿ ਦਿਨਾਂ ਦੇ ਨਾਮ ਸੋਮਵਾਰ ਮੰਗਲਵਾਰ ਬੁੱਧਵਾਰ ਆਦਿ ਤੇ ਮਹੀਨਿਆਂ ਦੇ ਨਾਮ ਜਨਵਰੀ ਫਰਵਰੀ ਮਾਰਚ ਆਦਿ ਤੇ ਸਾਲਾਂ ਦੇ ਨਾਮ 2022 2024 2025 ਇਦਾਂ ਮੌਸਮਾਂ ਦੇ ਨਾਮ ਜਿਵੇਂ ਕਿ ਸਿਆਲ ਜਾਂ ਗਰਮੀਆਂ ਤੇ ਟਾਈਮ ਨੇਮ 2 ਵਜੇ 3 ਵਜੇ ਆਦਿ ਸੋ ਇਹੋ ਜੇ ਜੋ ਵੀ ਪੱਕੇ ਟਾਈਮ ਹੋਣ ਉਸ ਨਾਲ ਸਿੰਸ ਲਾਓ ਤੇ ਦੋਸਤੋ ਫੋਰ ਦਾ ਯੂਜ਼ ਕਿਸੇ ਕੱਚੇ ਸਮੇਂ ਲਈ ਹੋਵੇਗਾ ਜਿਵੇਂ ਕਿ ਜਿੱਥੇ ਇਹੋ ਜਿਹੇ ਵਰਡ ਆਉਣ ਕਈ ਦਿਨ 2 ਮਹੀਨੇ 6 ਦਿਨ ਕੁਝ ਟਾਈਮ ਕੁਝ ਸਾਲ 2 ਘੰਟੇ ਦਿਨ ਲਈ ਆਦੀ ਦੇ ਵਰਡ ਆਉਣ ਉਥੇ ਫੋਰ ਦਾ ਯੂਜ਼ ਕਰੋ ਤੇ ਦੋਸਤੋ ਇਹ ਸੰ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਦੇ ਰੂਲ ਤੇ ਚਲੋ ਹੁਣ ਆਪਾਂ ਇਹਨਾਂ ਨੂੰ ਕੁਝ ਐਗਜ਼ਾਮਪਲ ਨਾਲ ਸਮਝ ਲੈਂਦੇ ਹਾਂ ਆਪਣੀ ਇੱਥੇ ਐਗਜ਼ਾਮਪਲ ਹੈ ਉਹ ਸੌ ਰਿਹਾ ਹੈ ਦੋਸਤੋ ਪਹਿਲਾਂ ਤੁਸੀਂ ਇਸ एग्जांपल ਦੀ ਪਛਾਣ ਕਰੋ ਕਿ ਇਹ ਆਪਣੀ एग्जांपल ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਦੀ ਹੈ ਜਾਂ ਨਹੀਂ ਹੈ ਜੀ ਨਹੀਂ ਹੈ ਕਿਉਂਕਿ ਇਸ एग्जांपल ਵਿੱਚ ਸਮੇਂ ਦੇ ਨਾਲ ਤੋਂ ਸ਼ਬਦ ਨਹੀਂ ਹੈ ਅਗਰ ਆਪਣੀ ਇਥੇ एग्जांपल ਹੁੰਦੀ ਉਹ ਸਵੇਰ ਤੋਂ ਸੌ ਰਿਹਾ ਹੈ ਤਾ ਆਪਣਾ ਇਹ ਸੈਂਟੈਂਸ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਦਾ ਹੁੰਦਾ ਇਸੇ ਐਗਜ਼ਾਮਪਲ ਵਿੱਚ ਦੇਖੋ ਸਵੇਰ ਤੋਂ ਤੇ ਰਿਹਾ ਹੈ ਵੀ ਲਿਖਿਆ ਆ ਰਿਹਾ ਹੈ ਸੋ ਰੂਲ ਦੀ ਪਹਿਚਾਣ ਦੇ ਮੁਤਾਬਿਕ ਆਪਣਾ ਇਹ ਸੈਂਟੈਂਸ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਦਾ ਹੈ ਜੋ ਪਹਿਲਾ ਐਗਜ਼ਾਮਪਲ ਦਿੱਤੀ ਸੀ ਉਹ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਦੀ ਸੀ ਪਰ ਇਸ ਵਿੱਚ ਸਮੇਂ ਦੇ ਨਾਲ ਤੋਂ ਮਤਲਬ ਕੀ ਸਵੇਰ ਤੋਂ ਲਿਖਿਆ ਆ ਰਿਹਾ ਹੈ ਸੋ ਇਹ ਆਪਣਾ ਸੈਂਟੈਂਸ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਦਾ ਹੈ ਤੇ ਤੁਹਾਨੂੰ ਵੀਡੀਓ ਦੀ ਸਟਾਰਟਿੰਗ ਵਿੱਚ ਵੀ ਦੱਸਿਆ ਸੀ ਕਿ ਤੋਂ ਸ਼ਬਦ ਰਿਹਾ ਹੈ ਰਹੀ ਹੈ ਰਹੇ ਹਨ ਦੇ ਨਾਲ ਨਹੀਂ ਆਵੇਗਾ ਇਸੇ ਲਈ ਇੱਥੇ ਹਾਈਫਨ ਦਾ ਯੂਜ਼ ਕੀਤਾ ਗਿਆ ਸੀ ਤੇ ਦੋਸਤੋ ਮੈਂ ਇਹਨਾਂ ਪੰਕਚੁਏਸ਼ਨ ਮਾਰਕਸ ਤੇ ਬਹੁਤ ਟਾਈਮ ਪਹਿਲਾਂ ਹੀ ਵੀਡੀਓ ਬਣਾਈ ਹੋਈ ਹੈ ਸੋ ਇਹਨਾਂ ਨੂੰ ਜਾਣਨ ਲਈ ਤੁਸੀਂ ਉਹ ਵੀਡੀਓ ਨੂੰ ਜ਼ਰੂਰ ਦੇਖ ਲਿਓ ਤੇ ਚਲੋ ਹੁਣ ਆਪਾਂ ਇਹਨਾਂ ਐਗਜ਼ੈਂਪਲਸ ਨੂੰ ਬਣਾਉਂਦੇ ਹਾਂ ਸੋ ਆਪਣੀ ਇੱਥੇ ਪਹਿਲੀ ਐਗਜ਼ੈਂਪਲ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਦੀ ਹੈ ਇੱਕ ਐਗਜ਼ੈਂਪਲ ਇੱਥੇ ਤਾਂ ਲਈ ਤਾਂ ਕਿ ਤੁਹਾਨੂੰ ਇਸ ਰੂਲ ਨੂੰ ਸਮਝਣ ਵਿੱਚ ਕੋਈ ਪ੍ਰੋਬਲਮ ਨਾ ਹੋਵੇ ਤੇ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਦੇ ਰੂਲ ਤੁਹਾਨੂੰ ਦੱਸੇ ਹੋਏ ਨੇ ਸੋ ਇਸ ਨੂੰ ਬਣਾਉਣ ਲਈ ਪਹਿਲਾ ਸਬਜੈਕਟ ਉਹ ਦਾ ਹੀ ਲਾਓ ਤੇ ਫਿਰ ਰਹਾ ਹੈ ਲਈ ਜਾਂ ਸਬਜੈਕਟ ਨੂੰ ਦੇਖਦੇ ਹੋਏ ਸਿੰਗੂਲਰ ਜਾਂ ਪਲੂਰਲ ਫਿਰ ਇਜ਼ ਲਾਓ ਤੇ ਸੌਂ ਲਈ ਸਲੀਪਿੰਗ ਲਾਓ ਤੇ ਆਪਣਾ ਇਹ ਸੈਂਟੈਂਸ ਬਣ ਜਾਏਗਾ ਹੀ ਇਜ਼ ਸਲੀਪਿੰਗ ਉਹ ਸੌ ਰਿਹਾ ਹੈ ਤੇ 네ਗੇਟਿਵ ਰੂਲ ਬਣਾਉਣ ਲਈ ਹੀ ਇਜ਼ ਨਾਟ ਸਲੀਪਿੰਗ ਤੇ ਇੰਟੈਰੋਗੇਟਿਵ ਰੂਲ ਬਣਾਉਣ ਲਈ ਇਜ਼ ਹੀ ਸਲੀਪਿੰਗ ਤੇ ਦੋਸਤੋ ਹੁਣ ਆਪਣੇ ਇਸ ਐਗਜ਼ਾਮਪਲ ਨੂੰ ਦੇਖੋ ਇਸ ਵਿੱਚ ਸਮੇਂ ਦੇ ਨਾਲ ਤੋਂ ਲਿਖਿਆ ਆ ਰਿਹਾ ਹੈ ਇੱਕ ਐਗਜ਼ਾਮਪਲ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਦੀ ਹੈ ਤੇ ਚਲੋ ਬਣਾਉਂਦੇ ਹਾਂ ਪਹਿਲਾ ਸਬਜੈਕਟ ਲਾਓ ਰੂਲ ਦੇ ਮੁਤਾਬਿਕ ਇੱਥੇ ਆਪਣਾ ਸਬਜੈਕਟ ਉਹ ਹੈ ਤੇ ਉਹ ਦਾ ਹੀ ਲਾਓ ਤੇ ਇਹ ਰੂਲ ਇੱਥੇ ਸਾਈਡ ਤੇ ਲੱਗੇ ਹੋਏ ਨੇ ਤੇ ਤੁਸੀਂ ਇੱਥੋਂ ਦੇਖ ਸਕਦੇ ਹੋ ਤੇ ਫਿਰ ਆਪਾਂ ਇਸ ਰੂਲ ਦੇ ਲਾਸਟ ਤੇ ਚਲੇ ਜਾਵਾਂਗੇ ਪੁੱਠਾ ਚੱਲੋ ਰੂਲ ਦੇ ਮੁਤਾਬਿਕ ਰਹਾ ਹੈ ਲਈ ਇੱਥੇ ਆਪਾਂ ਹੈਜ਼ ਬੀਨ ਲਾਵਾਂਗੇ ਕਿਉਂਕਿ ਇੱਥੇ ਆਪਣਾ ਸਬਜੈਕਟ ਸਿੰਗੂਲਰ ਹੈ ਅਗਰ ਪਲੂਰਲ ਹੁੰਦਾ ਤਾਂ ਆਪਾਂ ਇੱਥੇ ਹੈਵ ਬੀਨ ਲਾਉਂਦੇ ਤੇ ਫਿਰ ਸੌ ਲਈ ਸਲੀਪਿੰਗ ਲਿਖਾਂਗੇ ਤੇ ਫਿਰ ਆਪਾਂ ਦੇਖਣਾ ਹੈ ਆਪਣਾ ਟਾਈਮ ਕਿ ਆਪਣਾ ਟਾਈਮ ਕੱਚਾ ਸਮੇਂ ਹੈ ਜਾਂ ਪੱਕਾ ਸਮੇਂ ਸੋ ਸਵੇਰ ਤੋਂ ਇਹ ਆਪਣਾ ਇੱਥੇ ਪੱਕਾ ਸਮੇਂ ਹੈ ਤੇ ਇਸ ਦੇ ਨਾਲ ਆਪਾਂ ਇੱਥੇ ਸਿੰਸ ਲਾਵਾਂਗੇ ਤੇ ਸਿੰਸ ਲਾਉਣ ਤੋਂ ਬਾਅਦ ਮਾਰਨਿੰਗ ਲਿਖਦੇ ਆਂਗੇ ਜਿਵੇਂ ਕਿ ਰੂਲ ਵਿੱਚ ਦੱਸਿਆ ਗਿਆ ਹੈ ਤੇ ਵੈਸੇ ਵੀ ਟਾਈਮ ਪੰਜਾਬੀ ਵਿੱਚ ਕਿਤੇ ਵੀ ਹੋਵੇ ਉਹ ਲਾਸਟ ਤੇ ਹੀ ਆਵੇਗਾ ਇੰਗਲਿਸ਼ ਸੈਂਟੈਂਸ ਨੂੰ ਬਣਾਉਂਦੇ ਸਮੇਂ ਤੇ ਦੋਸਤੋ ਆਪਣਾ ਇਹ ਸੈਂਟੈਂਸ ਇੱਥੇ ਬਣ ਗਿਆ ਹੈ ਹੀ ਹੈਜ਼ ਬੀਨ ਸਲੀਪਿੰਗ ਸਿੰਸ ਮਾਰਨਿੰਗ ਮਾਰਨਿੰਗ ਆਪਣਾ ਇੱਥੇ ਪੱਕਾ ਸਮੇਂ ਹੈ ਤੇ ਸਟਾਰਟਿੰਗ ਵਿੱਚ ਵੀ ਤੁਹਾਨੂੰ ਦੱਸਿਆ ਸੀ ਤੇ ਦੋਸਤੋ ਇਸੇ ਤਰ੍ਹਾਂ ਇਸ ਸੈਂਟੈਂਸ ਨੂੰ 네ਗੇਟਿਵ ਬਣਾਉਣ ਲਈ ਇਸ ਦੇ 3 ਨੰਬਰ ਤੇ ਨਾਟ ਲਾਓ ਹੀ ਹੈਜ਼ ਨਾਟ ਬੀਨ ਸਲੀਪਿੰਗ ਸਿንስ ਮਾਰਨਿੰਗ ਤੇ ਇੰਟੈਰੋਗੇਟਿਵ ਰੂਲ ਬਣਾਉਣ ਲਈ ਪਹਿਲਾਂ ਹੈਜ਼ ਜਾਂ ਹੈਵ ਤੇ ਫਿਰ ਸਬਜੈਕਟ ਫਿਰ ਬੀਨ ਫਿਰ ਸਲੀਪਿੰਗ ਸਿንስ ਮਾਰਨਿੰਗ ਤੇ ਇਸੇ ਤਰ੍ਹਾਂ ਆਪਣੇ ਇਹ ਸੈਂਟੈਂਸ ਬਣ ਜਾਣਗੇ ਤੇ ਚਲੋ ਹੁਣ ਆਪਾਂ ਕੁਝ ਫੋਰ ਦੇ ਨਾਲ ਵੀ ਐਗਜ਼ਾਮਪਲ ਲੈ ਲੈਂਦੇ ਹਾਂ ਐਗਜ਼ੈਂਪਲ ਹੈ ਅਸੀਂ 4 ਘੰਟੇ ਤੋਂ ਪੜ੍ਹ ਰਹੇ ਹਾਂ ਦੋਸਤੋ ਪਹਿਲਾਂ ਤੁਸੀਂ ਇਸ ਸੈਂਟੈਂਸ ਦੀ ਪਛਾਣ ਕਰੋ ਇੱਥੇ 4 ਘੰਟੇ ਤੋਂ ਤੇ ਰਹੇ ਹਾਂ ਲਿਖਿਆ ਆ ਰਿਹਾ ਹੈ ਸੋ ਆਪਣਾ ਇਹ ਸੈਂਟੈਂਸ ਪਛਾਣ ਦੇ ਮੁਤਾਬਿਕ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਦਾ ਹੈ ਤੇ ਚਲੋ ਬਣਾਉਂਦੇ ਹਾਂ ਪਹਿਲਾਂ ਸਬਜੈਕਟ ਅਸੀਂ ਦਾ ਵੀ ਲਾਓ ਤੇ ਫਿਰ ਹੈਲਪਿੰਗ ਵਰਬ have been لو ਕਿਉਂਕਿ ਇੱਥੇ ਆਪਣਾ ਸਬਜੈਕਟ ਪਲੂਰਲ ਹੈ ਤੇ ਫਿਰ ਪੜ ਲਈ ਰੀਡਿੰਗ ਲਾਓ ਕਿਉਂਕਿ ਆਪਾਂ ਇਹ ਕੰਮ ਇੱਥੇ ਕਰ ਰਹੇ ਹਾਂ ਤੇ ਦੋਸਤੋ ਫਿਰ ਆ ਜਾਂਦਾ ਹੈ ਟਾਈਮ 4 ਘੰਟੇ ਤੋਂ ਦੋਸਤੋ ਇੱਥੇ ਹੁਣ ਤੁਸੀਂ ਦੇਖੋ 4 ਘੰਟੇ ਇਹ ਆਪਣਾ ਕੱਚਾ ਟਾਈਮ ਹੈ ਜਾਂ ਪੱਕਾ ਵੀਡੀਓ ਦੀ ਸਟਾਰਟਿੰਗ ਵਿੱਚ ਤੁਹਾਨੂੰ ਦੱਸਿਆ ਸੀ ਤੇ 4 ਘੰਟੇ ਇਹ ਆਪਣਾ ਕੱਚਾ ਟਾਈਮ ਹੈ ਅਗਰ ਇੱਥੇ ਆਉਂਦਾ 4 ਵਜੇ ਤਾਂ ਆਪਣਾ ਇਹ ਪੱਕਾ ਟਾਈਮ ਹੁੰਦਾ ਪਰ ਇੱਥੇ 4 ਘੰਟੇ ਲਿਖਿਆ ਆ ਰਿਹਾ ਹੈ ਤੇ ਇਹ 4 ਘੰਟੇ ਕੋਈ ਵੀ ਹੋ ਸਕਦੇ ਹਨ ਸਵੇਰ ਦੇ ਦੁਪਹਿਰ ਦੇ ਜਾਂ ਸ਼ਾਮ ਦੇ ਸੋ ਇਸ ਲਈ ਇਹ ਕੱਚਾ ਸਮੇਂ ਹੈ ਤੇ ਇਸ ਨਾਲ ਫੌਰ ਲੱਗੇਗਾ ਤਾਂ ਪਾ ਇੱਥੇ ਫੋਰ ਲਿਖਦੇ ਆਂਗੇ ਤੇ ਫਿਰ ਲਾਸਟ ਤੇ ਟਾਈਮ ਫੋਰ ਆਵਰਸ ਉਹ ਲਿਖਦੇ ਆਂਗੇ ਤੇ ਆਪਣਾ ਇਹ ਸੈਂਟੈਂਸ ਬਣ ਜਾਏਗਾ ਵੀ ਹੈਵ ਬੀਨ ਰੀਡਿੰਗ ਫੋਰ ਫੋਰ ਆਵਰਸ ਬਾਕੀ ਤੁਸੀਂ ਚਾਹੋ ਤਾਂ ਇੱਥੇ ਐਫ ਓ ਯੂ ਆਰ ਵਾਲਾ ਫੋਰ ਵੀ ਲਿਖ ਸਕਦੇ ਹੋ ਮੈਂ ਇੱਥੇ ਨਿਊਮਰਲ ਵਾਲਾ ਫੋਰ ਹੀ ਯੂਜ਼ ਕੀਤਾ ਤੇ ਇਸ ਸੈਂਟੈਂਸ ਨੂੰ 네ਗੇਟਿਵ ਬਣਾਉਣ ਲਈ ਵੀ ਹੈਵ ਨਾਟ ਬੀਨ ਰੀਡਿੰਗ ਫੋਰ ਫੋਰ ਆਵਰਸ ਤੇ ਦੋਸਤੋ ਅਗਰ ਇਹ ਸੈਂਟੈਂਸ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਵਿੱਚ ਹੁੰਦਾ ਤਾਂ ਇਹ ਸੈਂਟੈਂਸ ਹੁੰਦਾ ਅਸੀਂ ਪੜ ਰਹੇ ਹਾਂ ਵੀ ਆਰ ਰੀਡਿੰਗ 네ਗੇਟਿਵ ਵਿੱਚ ਵੀ ਆਰ ਨਾਟ ਰੀਡਿੰਗ ਤੇ ਇੰਟੈਰੋਗੇਟਿਵ ਵਿੱਚ ਆਰ ਵੀ ਰੀਡਿੰਗ ਤੇ ਦੋਸਤੋ ਇੱਥੇ ਹੁਣ ਤੁਸੀਂ ਬੈਕ ਟੂ ਬੈਕ ਕੁਝ ਹੋਰ ਐਗਜ਼ਾਮਪਲ ਦੇਖੋ ਤਾਂ ਕਿ ਤੁਸੀਂ ਇਸ ਰੂਲ ਨੂੰ ਥੋੜਾ ਹੋਰ ਬ੍ਰੇਕੀ ਨਾਲ ਸਮਝ ਜਾਓ ਤੇ ਤੁਹਾਡਾ ਕੋਈ ਵੀ ਡਾਊਟ ਨਾ ਰਹੇ ਐਗਜ਼ਾਮਪਲ ਹੈ ਰਮਨ ਦੋ ਸਾਲ ਤੋਂ ਜਲੰਧਰ ਰਹਿ ਰਿਹਾ ਹੈ ਇੱਥੇ ਆਪਣਾ ਸਬਜੈਕਟ ਨੇਮ ਮਤਲਬ ਰਮਨ ਹੈ ਤੇ ਆਪਾਂ ਇੱਥੇ ਉਹ ਲਿਖ ਦੇਾਂਗੇ ਤੇ ਹੈਲਪਿੰਗ ਵਰਬ ਹੈਜ਼ ਬੀਨ ਤੇ ਰਹਿ ਲਈ ਲੀਵ ਦਾ ਲੀਵਿੰਗ ਤੇ ਫਿਰ ਇਨ ਜਲੰਧਰ ਤੇ ਫਿਰ ਮੇਨ ਟਾਪਿਕ 2 ਸਾਲ ਤੋਂ ਹੁਣ ਇਹ ਤੁਹਾਨੂੰ ਦੇਖਣ ਚ ਕੀ ਲੱਗ ਰਿਹਾ ਹੈ ਕੱਚਾ ਸਮੇ ਜਾਂ ਪੱਕਾ ਸਮੇ ਜੀ ਆਪਣਾ ਇਹ ਕੱਚਾ ਸਮੇ ਹੈ ਕਿਉਂਕਿ ਇੱਥੇ 2 ਸਾਲ ਲਿਖੇ ਹਨ ਤੇ ਇੱਥੇ ਨਹੀਂ ਮੈਂਸ਼ਨ ਹੈ ਕਿ ਇਹ ਕਿਹੜੇ 2 ਸਾਲ ਹਨ ਸੋ ਇਸ ਲਈ ਇਸ ਸੈਂਟੈਂਸ ਵਿੱਚ ਫੋਰ ਦਾ ਯੂਜ਼ ਹੋਵੇਗਾ ਤੇ ਫਿਰ ਲਾਸਟ ਤੇ टू इयर्स ਤੇ ਆਪਣਾ ਇਹ ਸੈਂਟੈਂਸ ਬਣ ਜਾਏਗਾ ਰਮਨ ਹੈਜ਼ ਬੀਨ ਲੀਵਿੰਗ ਇਨ ਜਲੰਧਰ ਫਾਰ ਟੂ ইयर्स ਤੇ ਇਸ ਸੈਂਟੈਂਸ ਨੂੰ 네ਗੇਟਿਵ ਬਣਾਉਣ ਲਈ ਥਰਡ ਨੰਬਰ ਤੇ ਨੋਟ ਲਾਓ ਤੇ ਇੰਟੈਰੋਗੇਟਿਵ ਬਣਾਉਣ ਲਈ ਹੈਲਪਿੰਗ ਵਰਬ ਨੂੰ ਪਹਿਲਾਂ ਲਾਓ ਤੇ ਦੋਸਤੋ ਇੱਥੇ ਤੁਸੀਂ ਇੱਕ ਐਗਜ਼ਾਮਪਲ ਹੋਰ ਦੇਖੋ ਉਹ ਕਈ ਦਿਨਾਂ ਤੋਂ ਨੌਕਰੀ ਲੱਭ ਰਹੀ ਹੈ ਦੋਸਤੋ ਇਸ ਐਗਜ਼ਾਮਪਲ ਵਿੱਚ ਦੇਖੋ ਕਈ ਦਿਨਾਂ ਤੋਂ ਤੇ ਰਹੀ ਹੈ ਲਿਖਿਆ ਆ ਰਿਹਾ ਹੈ ਤੇ ਹੁਣ ਤਾਂਾਨੂੰ ਰੂਲ ਦਾ ਪਤਾ ਚੱਲ ਗਿਆ ਹੈ ਤੇ ਚਲੋ ਇਸ ਨੂੰ ਬਣਾਓ ਉਹ ਦਾ ਸ਼ੀ ਲਿਖਾਂਗੇ ਕਿਉਂਕਿ ਇੱਥੇ ਇੱਕ ਕੁੜੀ ਦੀ ਗੱਲ ਹੋ ਰਹੀ ਹੈ ਤੇ ਫਿਰ ਹੈਜ਼ ਬੀਨ ਤੇ ਫਿਰ ਫਾਈਂਡਿੰਗ ਤੇ ਜਾਂ ਫੇ ਇੱਥੇ ਤੁਸੀਂ ਸਰਚਿੰਗ ਵੀ ਲਿਖ ਸਕਦੇ ਹੋ ਤੇ ਫਿਰ ਜੌਬ ਤੇ ਫਿਰ ਫੋਰ ਲਾਓ ਕਿਉਂਕਿ ਇਹ ਵੀ ਇੱਕ ਕੱਚਾ ਸਮੇਂ ਹੈ ਕਈ ਦਿਨ ਜਾਂ ਕਈ ਦਿਨਾ ਤੇ ਫਿਰ ਲਾਸਟ ਤੇ ਮੈਨੀ ਡੇਜ਼ ਲਾਓ 네ਗੇਟਿਵ ਬਣਾਉਣ ਲਈ ਸ਼ੀ ਹੈਜ਼ ਨਾਟ ਬੀਨ ਫਾਈਂਡਿੰਗ ਜੌਬ ਫॉर ਮੈਨੀ ਡੇਜ਼ ਤੇ ਇੰਟੈਰੋਗੇਟਿਵ ਬਣਾਉਣ ਲਈ ਹੈਜ਼ ਸ਼ੀ ਬੀਨ ਫਾਈਂਡਿੰਗ ਜੌਬ ਫॉर ਮੈਨੀ ਡੇਜ਼ ਤੇ ਦੋਸਤੋ ਹੁਣ ਤੁਸੀਂ ਹੋਰ ਇਹ ਦੋ ਐਗਜ਼ਾਮਪਲ ਦੇਖੋ ਦੋਸਤੋ ਇਸ ਰੂਲ ਵਿੱਚ ਮੈਂ ਤੁਹਾਡੇ ਲਈ ਕਈ ਐਗਜ਼ਾਮਪਲ ਲੈ ਕੇ ਆ ਰਿਹਾ ਹਾਂ ਤਾਂ ਕਿ ਤੁਹਾਡੇ ਸਾਰੇ ਡਾਊਟ ਕਲੀਅਰ ਹੋ ਜਾਣ ਤੁਸੀਂ ਇਸ ਰੂਲ ਨੂੰ ਬਣਾਉਣ ਵਿੱਚ ਜਾਂ ਸਮਝਣ ਵਿੱਚ ਕਨਫਿਊਜ਼ ਨਾ ਹੋਇਓ ਸੋ ਹੁਣ ਤੁਸੀਂ ਇਹ ਵਾਲੀਆਂ ਦੋ ਐਗਜ਼ਾਮਪਲ ਦੇਖੋ ਉਹ ਦੋ ਘੰਟੇ ਤੋਂ ਇੰਤਜ਼ਾਰ ਕਰ ਰਹੀ ਹੈ ਤੁਸੀਂ 2 ਵਜੇ ਨਹੀਂ ਪੜ ਰਹੇ ਹੋ ਦੋਸਤੋ ਇਹਨਾਂ ਦੋਨਾਂ ਐਗਜ਼ਾਮਪਲ ਵਿੱਚ ਦੇਖੋ ਇੱਥੇ ਟਾਈਮ ਦੋਨਾਂ ਵਿੱਚ ਹੈ ਕੀ ਆਪਣੇ ਇਹ ਸੈਂਟੈਂਸ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਦੇ ਹਨ ਜੀ ਨਹੀਂ ਇੱਥੇ ਜੋ ਆਪਣੀ ਪਹਿਲੀ ਐਗਜ਼ਾਮਪਲ ਹੈ ਉਸ ਵਿੱਚ ਤਾਂ ਸਮੇਂ ਦੇ ਨਾਲ ਤੋਂ ਆ ਰਿਹਾ ਹੈ ਤੇ ਦੂਜੀ ਐਗਜ਼ਾਮਪਲ ਵਿੱਚ ਟਾਈਮ ਤਾਂ ਹੈ ਪਰ ਤੋਂ ਸ਼ਬਦ ਨਹੀਂ ਹੈ ਸੋ ਇਸ ਲਈ ਇਹ ਰੂਲ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਵਿੱਚ ਨਹੀਂ ਆਵੇਗਾ ਇਹ ਰੂਲ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਵਿੱਚ ਆਵੇਗਾ ਇਸ ਵਿੱਚ ਸੈਂਸ ਤੇ ਫੋਰ ਦਾ ਵੀ ਯੂਜ਼ ਨਹੀਂ ਹੋਵੇਗਾ ਤੇ ਪਹਿਲੀ ਐਗਜ਼ਾਮਪਲ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਵਿੱਚ ਬਣੇਗੀ ਤੇ ਦੂਜੀ ਐਗਜ਼ਾਮਪਲ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਵਿੱਚ ਬਣੇਗੀ ਸ਼ੀ ਹੈਜ਼ ਬੀਨ ਵੇਟਿੰਗ ਫਾਰ 2 ਆਵਰਸ ਯੂ ਆਰ ਨਾਟ ਰੀਡਿੰਗ ਐਟ 2 ਓਕਲੌਕ ਅਗਰ ਇਸ ਸੈਂਟੈਂਸ ਨੂੰ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਨਾਲ ਬਣਾਉਣਾ ਹੈ ਤਾਂ ਇਸ ਦੇ ਸਮੇਂ ਦੇ ਨਾਲ ਤੌਂ ਲਾਓ ਤੁਸੀਂ 2 ਵਜੇ ਤੋਂ ਨਹੀਂ ਪੜ ਰਹੇ ਹੋ ਯੂ ਹੈਵ ਨਾਟ ਬੀਨ ਰੀਡਿੰਗ ਫਾਰ 2 ਓਕਲੌਕ ਤੇ ਦੋਸਤੋ ਇੱਕ ਐਗਜ਼ਾਮਪਲ ਸਨ ਮੀਨਸ ਏਅਰ ਨਾਲ ਵੀ ਦੇਖ ਲਓ ਉਹ 2006 ਤੋਂ ਕੰਮ ਕਰ ਰਿਹਾ ਹੈ ਹੀ ਹੈਜ਼ ਬੀਨ ਵਰਕਿੰਗ ਸਿንስ 2006 ਤੇ ਦੋਸਤੋ ਇਹ ਸੰ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਦੇ ਰੂਲ ਤੇ ਚਲੋ ਹੁਣ ਤੁਸੀਂ ਜੋ ਵੀ ਆਪਾਂ ਇਸ ਵੀਡੀਓ ਵਿੱਚ ਰੂਲ ਜਾਣੇ ਨੇ ਉਹਨਾਂ ਨੂੰ ਇੱਕ ਵਾਰ ਫਿਰ ਰਿਮਾਈਂਡ ਕਰ ਲਓ ਕਿਉਂਕਿ ਆਪਾਂ ਇਸ ਰੂਲ ਦੀਆਂ ਆਲਮੋਸਟ ਸਾਰੀਆਂ ਗੱਲਾਂ ਹੀ ਸਮਝ ਲਈਆਂ ਨੇ ਜਿਹਨਾਂ ਪੰਜਾਬੀ ਦੇ ਵਾਕਾਂ ਵਿੱਚ ਜਾਂ ਮਗਰ ਤੋਂ ਰਿਹਾ ਹੈ ਤੋਂ ਰਹੀ ਹੈ ਤੋਂ ਰਹੇ ਹਨ ਆਵੇ ਉਹ ਸਾਰੇ ਸੈਂਟੈਂਸ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਵਿੱਚ ਹੀ ਆਉਣਗੇ ਤੇ ਇਸ ਦਾ ਸਿੰਪਲ ਸੈਂਟੈਂਸ ਬਣਾਉਣ ਲਈ ਪਹਿਲਾਂ ਸਬਜੈਕਟ ਫਿਰ ਹੈਜ਼ ਬੀਨ ਜਾਂ ਹੈਵ ਬੀਨ ਫਿਰ ਵਰਬ ਦੀ ਫਰਸਟ ਫਾਰਮ ਦੇ ਨਾਲ ਆਈ ਐਨ ਜੀ ਤੇ ਫਿਰ ਲਾਸਟ ਤੇ ਸੈਂਸ ਜਾਂ ਫੋਰ ਦੋਨਾਂ ਚੋਂ ਕੋਈ ਇੱਕ ਸਮੇਂ ਨੂੰ ਦੇਖਦੇ ਹੋਏ ਕੱਚਾ ਜਾਂ ਪੱਕਾ ਤੇ ਫਿਰ ਲਾਸਟ ਤੇ ਟਾਈਮ ਤੇ 네ਗੇਟਿਵ ਰੂਲ ਲਈ 3 ਨੰਬਰ ਤੇ ਨਾਟ ਲਾਓ ਤੇ ਇਨਟੈਰੋਗੇਟਿਵ ਰੂਲ ਲਈ ਹੈਜ਼ ਤੇ ਹੈਵ ਪਹਿਲਾਂ ਫਿਰ ਸਬਜੈਕਟ ਤੇ ਫਿਰ ਬੀਨ ਤੇ ਫਿਰ ਬਾਕੀ ਸਾਰਾ ਰੂਲ ਸਿੰਪਲ ਰੂਲ ਵਾਂਗ ਸੇਮ ਹੀ ਰਹੇਗਾ ਬਸ ਇਹ ਪਹਿਲੀਆਂ ਤਿੰਨ ਚੀਜ਼ਾਂ ਦਾ ਹੀ ਖਿਆਲ ਰੱਖਣਾ ਹੈ ਤੇ ਦੋਸਤੋ ਹੈਜ਼ ਬੀਨ ਸਿੰਗੂਲਰ ਸਬਜੈਕਟ ਹੀ ਸ਼ੀ ਇਟ ਨੇਮ ਦੇ ਨਾਲ ਲੱਗੇਗਾ ਤੇ ਹੈ ਬੀਨ ਪਲੂਰਲ ਸਬਜੈਕਟ ਆਈ ਵੀ ਯੂ ਦੇ ਦੇ ਨਾਲ ਲੱਗੇਗਾ ਸਿንስ ਪੱਕੇ ਸਮੇਂ ਲਈ ਯੂਜ਼ ਹੋਵੇਗਾ ਤੇ ਫਾਰ ਕੱਚੇ ਸਮੇਂ ਲਈ ਯੂਜ਼ ਹੋਵੇਗਾ ਤੇ ਦੋਸਤੋ ਇਹ ਸਾਨੂੰ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਦੇ ਰੂਲ ਤੇ ਉਮੀਦ ਹੈ ਤੁਹਾਨੂੰ ਇਸ ਵੀਡੀਓ ਵਿੱਚ ਦੱਸੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤੇ ਸਮਝ ਵੀ ਚੰਗੀ ਤਰ੍ਹਾਂ ਲੱਗ ਗਈ ਹੋਵੇਗੀ ਤੇ ਦੋਸਤੋ ਇਹ ਹੈ ਤੁਹਾਡਾ ਅੱਜ ਦਾ ਕਮੈਂਟ ਵਰਕ ਇਸ ਵਰਕ ਵਿੱਚ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਤੇ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਦੇ ਰੂਲ ਦੱਸੇ ਗਏ ਨੇ ਸੋ ਤੁਸੀਂ ਇਹਨਾਂ ਸਾਰੇ ਸੈਂਟੈਂਸ ਨੂੰ ਧਿਆਨ ਨਾਲ ਤੇ ਦੇਖ ਕੇ ਬਣਾਓ ਜਿਸ ਤਰ੍ਹਾਂ ਤੁਹਾਨੂੰ ਹੁਣੇ ਰੂਲ ਸਮਝਾਏ ਨੇ ਠੀਕ ਉਸੇ ਦੇ ਮੁਤਾਬਿਕ ਤੇ ਚਲੋ ਠੀਕ ਹੈ ਦੋਸਤੋ ਹੁਣ ਆਪਣੀ ਇਹ ਵੀਡੀਓ ਵੀ ਕਾਫੀ ਲੰਬੀ ਹੋ ਗਈ ਹੈ ਤੇ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਆਪਾਂ ਤੁਹਾਨੂੰ ਫਿਰ ਮਿਲਾਂਗੇ ਡੇ 13 ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਗੁੱਡ ਬਾਏ